ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪੰਡਤ ਰਿਹਾ ਕਰਦਾ ਹੈ ਪੰਡਤ ਆਪਣੀ ਪਤਨੀ ਤੇ ਇੱਕ ਜਵਾਬ ਤੇ ਨਾਲ ਨਗਰ ਚ ਰਿਹਾ ਕਰਦਾ ਹੈ ਪੰਡਤ ਨਾ ਬੜਾ ਜਿਆਦਾ ਗੁਣਾ ਦਾ ਗਿਆਨੀ ਹੁੰਦਾ ਉਹ ਕਿਸੇ ਅੱਗੇ ਹੱਥ ਅੱਡ ਕੇ ਨਹੀਂ ਖਾਣਾ ਚਾਹੁੰਦਾ ਹੁਣ ਪੰਡਤ ਜੀ ਪੰਤਾਈ ਤੋਂ ਬਿਨਾ ਉਸ ਨੂੰ ਹੋਰ ਕੋਈ ਨਹੀਂ ਸੀ ਆਉਂਦਾ ਉਹ ਲੋਕਾਂ ਦੇ ਘਰ ਜਾਇਆ ਕਰਦਾ ਕਥਾ ਕੀਰਤਨ ਸੁਣਾਇਆ ਕਰਦਾ ਲੋਕ ਉਸ ਦੇ ਬਦਲੇ ਉਸ ਨੂੰ ਜਜਮਾਨੀ ਦੇ ਦਿਆ ਕਰਦੇ ਪਰ ਹੁਣ ਨਾ ਜਿਵੇਂ ਕਹਿ ਲੋ ਵੀ ਕੋਈ ਪਰਮਾਤਮਾ ਦਾ ਪਰ ਕੋ ਪੀਸੀ ਕਿ ਘਰਾਂ ਦੇ ਵਿੱਚ ਨਾ ਕਹਿੰਦੇ ਜਿਵੇਂ ਭੁੱਖ ਮਰੀ ਪੈ ਗਈ ਹੋਵੇ ਹੁਣ ਲੋਕਾਂ ਦੇ ਆਪ ਖਾਣ ਨੂੰ ਘੱਟ ਸੀ ਤਾਂ ਉਸ ਨੂੰ ਦਾਨਪੁਣ ਕਿਥੋਂ ਕਰਦੇ ਕਹਿੰਦੇ ਲੋਕਾਂ ਨੇ ਥੋੜੀ ਬਹੁਤ ਕੋਈ ਮੋਟ ਚੋਲਾਂ ਦੀ ਐਵੇਂ ਦੇ ਦਿਆ ਕਰਨੀ ਸ਼ਾਮ ਨੂੰ ਉਸਨੇ ਘਰ ਲੈ ਕੇ ਆਇਆ ਕਰਨੀ ਪਤਨੀ ਨੇ ਬੜਾ ਗਿਲਾ ਸ਼ਿਕਵਾ ਕਰਿਆ ਕਰਨ ਨਾ ਵੀ ਤੇਰੀ ਮੋਟ ਚੋਲਾਂ ਦੇ ਨਾਲ ਤੇ ਘਰ ਨਹੀਂ ਚੱਲਣ ਲੱਗਾ ਉਹਨੂੰ ਹਰ ਵਕਤ ਤਾਨੇ ਮੇਨੇ ਦਿਆ ਕਰਦੀ ਇੱਕ ਦਿਨ ਮਨਚ ਫੈਸਲਾ ਕਰਦਾ ਵੀ ਰੋਜ਼ ਦੇ ਕਲਾਕਲੇਸ਼ ਨਾਲੋਂ ਚੰਗਾ ਏ ਵੀ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ ਜਾਵੇ। ਘਰ ਰਹਿਣ ਦਾ ਕੋਈ ਫਾਇਦਾ ਨਹੀਂ। ਇਹਨਾਂ ਦਾ ਢਿੱਡ ਭਰ ਨਹੀਂ ਸਕਦਾ। ਮੰਗਣਾ ਮੈਨੂੰ ਮਨਜ਼ੂਰ ਨਹੀਂ ਹੈਗਾ। ਕਹਿੰਦੇ ਐਵੇਂ ਕਰਦਾ ਦਰਿਆ 'ਚ ਜਾਣਾ, ਛਾਲ ਮਾਰਦਾ ਤੇ ਸਾਰੀ ਇਹ ਕਥਾ ਕਹਾਣੀ ਹੀ ਖਤਮ ਹੋ ਜਾਵੇਗੀ। ਕਹਿੰਦੇ ਬੜਾ ਡਾਡਾ ਮਨ ਕਰਕੇ ਤੇ ਚਲਾ ਜਾਂਦਾ। ਤੁਰਦਾ ਤੁਰਦਾ ਜਦੋਂ ਜਾਂਦਾ ਨਾ ਦਰਿਆ ਦੇ ਕੰਢੇ ਜਾ ਕੇ ਤੇ ਉੱਥੇ ਕੁਝ ਸਮਾਂ ਬੈਠ ਜਾਂਦਾ ਫਿਰ ਇੱਕੋ ਦਮ ਮੰਡਾ ਡਾਡਾ ਕਰਕੇ ਤੇ ਵਿੱਚ ਛਾਲ ਮਾਰਨ ਲੱਗਦਾ ਇਹਨੇ ਨੂੰ ਨਾ ਉਥੋਂ ਲੰਘਦੇ ਲੰਘਦੇ ਇੱਕ ਸੰਤ ਫਕੀਰ ਆ ਜਾਂਦੇ ਨੇ ਸੰਤ ਫਕੀਰ ਉਹਦੀ ਬਾਹ ਫੜ ਕੇ ਕਹਿੰਦੇ ਭਲੇ ਪੁਰਖਾ ਕੀ ਕਰਦਾ ਪਿਆ ਕਹਿੰਦੇ ਸੰਤ ਜੀ ਬੜਾ ਜ਼ਿੰਦਗੀ ਤੋਂ ਦੁਖੀ ਹੋਇਆ ਪਿਆ ਵਾ ਖਾਨ ਨੂੰ ਨਾ ਘਰ ਕੁਝ ਨਹੀਂ ਹੈਗਾ ਪਤਨੀ ਹਰ ਸਮੇਂ ਤਾਨੇ ਮਾਰਦੀ ਰਹਿੰਦੀ ਸਾਥ ਦੇਣ ਦੀ ਬਜਾਈ ਘਰ ਚ ਛੋਟਾ ਜਾਂ ਜਵਾਕੇ ਉਹਨੂੰ ਪੂਖਾ ਨਹੀਂ ਦੇਖ ਸਕਦਾ ਇਸ ਲਈ ਨਾਂ ਮੈਂ ਰਹਾਗਾ ਤੇ ਨਾ ਹੀ ਇਹ ਸਭ ਕੁਝ ਦੇਖਾਂਗਾ ਸੰਤ ਫਕੀਰ ਕਹਿੰਦੇ ਜਦੋਂ ਕੋਲ ਗੁਣ ਤੇ ਗਿਆਨ ਹੋਵੇ ਤਾਂ ਮਨੁੱਖ ਕੁਝ ਵੀ ਕਰ ਸਕਦਾ ਤੂੰ ਉਦਮ ਕਰ ਤੇਰੇ ਕੋਲ ਸਾਰਾ ਕੁਝ ਆ ਜਾਏਗਾ ਕਹਿੰਦੇ ਸੰਤ ਜੀ ਇਹ ਕਹਿਣ ਦੀਆਂ ਗੱਲਾਂ ਨੇ ਇਹਦੇ ਨਾਲ ਕੁਝ ਨਹੀਂ ਹੁੰਦਾ ਪਿਆ ਸੰਤ ਜੀ ਕਹਿੰਦੇ ਫਿਰ ਗੱਲ ਸੁਣ ਜੇ ਮੈਂ ਤੈਨੂੰ ਕੁਝ ਦੱਸਾਂ ਉਹ ਗੱਲ ਮੰਨ ਕੇ ਤੇ ਉਸ ਤੇ ਤੂੰ ਸਿਰਫ 1 ਮਹੀਨਾ ਅਮਲ ਕਰ ਲਈਂ ਤੇਰੀ ਜ਼ਿੰਦਗੀ ਆਪੇ ਬਦਲ ਜੇਗੀ ਹੁਣ ਨਾ ਸੰਤ ਜੀ ਕਹਿੰਦੇ ਵੀ ਪਹਿਲੀ ਗੱਲ ਸੁਣ ਜਦੋਂ 10 ਲੋਕ ਇਕੱਠੇ ਹੋਣ ਤਾਂ ਉਹ 10ਾਂ ਲੋਕਾਂ ਦੀ ਗੱਲ ਨੂੰ ਹਮੇਸ਼ਾ ਤਵੱਜੋ ਦੇ ਕੇ ਮੰਨੀ ਜ਼ਰੂਰ ਖੜ ਕੇ ਸੁਣੀ ਤੇ ਉਸ ਨੂੰ ਮੰਨ ਲਵੀਂ ਕਹਿੰਦਾ ਜੀ ਠੀਕ ਹੈ ਦੂਸਰੀ ਗੱਲ ਪਤਨੀ ਨੂੰ ਹਮੇਸ਼ਾ ਹਰੇ ਗੱਲਾਂ ਸੱਚ ਨਾਲ ਦਸੀ ਕੁਝ ਰਾਜ ਆਪਣੇ ਤੱਕ ਹੀ ਰੱਖੇ ਕਹਿੰਦਾ ਜੀ ਠੀਕ ਹੈ ਤੀਸਰੀ ਗੱਲ ਕਦੀ ਤੇਰ ਤੋਂ ਕੋਈ ਵੱਡੇ ਅਹੁਦੇ ਵਾਲਾ ਉਸ ਸਮੇਂ ਰਾਜੇ ਮਹਾਰਾਜਿਆਂ ਦੀ ਰਾਜ ਚੱਲਦੇ ਹੁੰਦੇ ਸੀ ਕਦੇ ਤੇਰ ਤੋਂ ਰਾਜਾ ਕੋ ਸੱਚ ਗੱਲ ਪੁੱਛੇ ਨਾ ਤਾਂ ਹਮੇਸ਼ਾ ਸੱਚ ਦੱਸਦੀ ਕਹਿੰਦਾ ਜੀ ਠੀਕ ਹੈ ਇੰਨਾ ਕਹਿ ਕੇ ਸੰਤ ਫਕੀਰ ਕਹਿੰਦੇ ਵੀ ਪਰਮਾਤਮਾ ਤੇਰਾ ਭਲਾ ਕਰੇ ਕਹਿ ਕੇ ਉਹ ਤੋਂ ਚਲੇ ਗਏ ਹੁਣ ਨਾ ਹਜੇ ਵੀ ਉਹ ਉਸੇ ਦਰਿਆ ਦੇ ਕੰਢੇ ਬੈਠਾ ਰਹਿੰਦਾ ਹੁਣ ਕੁਝ ਸਮੇਂ ਬਾਅਦ ਦਰਿਆ ਤੋਂ ਦੂਰ ਨਾ ਬੜੇ سارے ਲੋਕਾਂ ਦੀ ਆਵਾਜ਼ ਆਉਣ ਲੱਗਦੀ ਸੋਚਦਾ ਹੈ ਵੀ ਇੱਥੇ ਪਤਾ ਨਹੀਂ ਕੀ ਹੋਇਆ ਜਾ ਕੇ ਦੇਖਣਾ ਚਾਹੀਦਾ ਖੜਾ ਹੋਇਆ ਤੇ ਜਾ ਕੇ ਉਸ ਵਾਲੇ ਪਾਸੇ ਨੂੰ ਤੁਰਨ ਲੱਗਦਾ ਕੁਝ ਦੂਰੀ ਤੇ ਗਿਆ ਤੇ ਉਥੇ ਬੜੇ سارے ਲੋਕ ਇਕੱਠੇ ਹੋਏ ਪੈਸ ਝੁੰਡ ਬਣਾ ਕੇ ਕੋਲ ਜਾ ਕੇ ਤੇ ਅਗਾ ਹੋ ਕੇ ਦੇਖਦਾ ਉਥੇ ਨਾ ਇੱਕ ਬਜ਼ੁਰਗ ਧਰਤ ਦੇ ਉੱਤੇ ਲੰਮੇ ਪਿਆ ਹੁੰਦਾ ਪੁੱਛਣ ਤੇ ਪਤਾ ਲੱਗਦਾ ਵੀ ਆਕਾਲ ਚਲਾਣੇ ਕਰ ਗਿਆ ਇਹਨਾਂ ਦੇ ਨਾਲ ਦੇ ਨਗਰ ਦਾ ਏ ਇਹਦਾ ਨਾ ਕੋਈ ਧੀ ਨਾ ਪੁੱਤ ਨਾ ਹੀ ਕੋਈ ਪਤਨੀ ਹੈ ਤੇ ਇਹ ਵਿਚਾਰਾ ਕਲਾਕਾਰ ਆ ਇਨੇ ਨੂੰ ਜਦੋਂ ਪੰਡਤ ਅੱਗੇ ਹੋਇਆ ਉਹਨਾਂ ਦੀ ਵेशभूषा ਵੇਖ ਕੇ ਪਿੰਡ ਦੇ ਲੋਕਾਂ ਨੇ ਕਿਹਾ ਵੀ ਇਹਦਾ ਤੇ ਕੋਈ ਵਾਲੀਵਾਰਸ ਹੈ ਹੀ ਨਹੀਂ ਹੁਣ ਅੰਤਿਮ ਸੰਸਕਾਰ ਤੇ ਆਪਾਂ ਹੀ ਕਰਨੇ ਕਹਿੰਦੇ ਪੰਡਤ ਜੀ ਆ ਲੋ ਪੈਸੇ ਇਹਦਾ ਅੰਤਿਮ ਸੰਸਕਾਰ ਕਰ ਦਿਆ ਜੀ ਜਿੰਨੇ ਲੋਕੀ ਖੜੇ ਸਨ ਸਾਰਿਆਂ ਨੇ ਇੱਕ ਇੱਕ ਪੈਸਾ ਉਹਦੇ ਪਤਲੇ ਦੇ ਉੱਤੇ ਰੱਖ ਦਿੱਤਾ ਹੁਣ ਉਹਨਾਂ ਨੂੰ ਮਨ ਚ ਯਾਦ ਆਇਆ ਵੀ ਸੰਤ ਫਕੀਰ ਕਹਿ ਕੇ ਗਏ ਸਨ 10 ਲੋਕ ਜਿਹੜੀ ਗੱਲ ਨੂੰ ਕਹਿ ਮੰਨਣ ਨੂੰ ਕਹਿਣ ਉਹਨੂੰ ਰਾਜੀ ਖੁਸ਼ੀ ਹੋ ਕੇ ਤੇ ਮੰਨ ਲਈ ਹੁਣ ਦੇ ਮਨ ਚ ਆਇਆ ਵੀ ਇਹ ਇੰਨੇ ਸਾਰੇ ਲੋਕ ਇਕੱਠੇ ਹੋ ਕੇ ਕਹਿੰਦੇ ਨੇ ਬੇਲਾ ਸੰਸਕਾਰ ਕਰਦੇ ਤੇ ਚੱਲ ਇਹਦਾ ਸੰਸਕਾਰ ਜੇ ਮੇਰੇ ਹੱਥੋਂ ਹੀ ਲਿਖਿਆ ਤੇ ਮੈਂ ਕਰ ਦੇਣਾ ਲੋਕੀ ਇੱਕ ਇੱਕ ਪੈਸਾ ਦੋ ਦੋ ਪੈਸਾ ਜਿੰਨੇ ਜਣੇ ਖੜੇ ਸਨ ਦੇ ਕੇ ਅਦੀ ਤਲੀ ਤੇ ਚਲੇਗੇ ਹੁਣ ਉਹ ਵਿਚਾਰੇ ਨੇ ਬੜੀਆਂ ਸਾਰੀਆਂ ਉਥੋਂ ਲੱਕਣਾ ਇਕੱਠੀਆਂ ਕੀਤੀਆਂ ਕਿੰਦੇ ਉਹਨਾਂ ਨੇ ਤੈ ਬਣਾਈ ਉਸ ਨੂੰ ਇਸ਼ਨਾਨ ਕਰਾਇਆ ਹੁਣ ਜਿਵੇਂ ਇਸ਼ਨਾਨ ਕਰਾਨ ਲੱਗਾ ਤੇ ਉਹਦੀ ਧੋਤੀ ਦੇ ਨਾਲ ਇੱਕ ਬੜੀ ਵੱਡੀ ਕੋਈ ਗੱਠੜੀ ਬੰਨੀ ਹੋਈ ਸੀ ਕਹਿੰਦੇ ਜਿਵੇਂ ਹੀ ਖੋਲ ਕੇ ਵੇਖਿਆ ਵਿੱਚ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਸਨ ਹੁਣ ਉਹਨਾਂ ਸੋਨੇ ਦੀਆਂ ਮੋਹਰਾਂ ਦੀ ਥੈਲੀ ਪਾਸੇ ਰੱਖ ਕੇ ਉਹਨੂੰ ਇਸ਼ਨਾਨ ਕਰਾ ਕੇ ਤੇ ਉਹਦੀ ਅੰਤਮ ਕਿਰਿਆ ਕਰ ਦਿੱਤੀ ਉਹ ਕਹਿੰਦੇ ਜਿਸ ਸੰਤ ਫਕੀਰ ਦੀ ਇੱਕ ਗੱਲ ਮੰਨਣ ਨਾਲ ਇੰਨਾ ਜ਼ਿਆਦਾ ਮੈਨੂੰ ਲਾਭ ਹੋਇਆ ਤੇ ਬਾਕੀ ਗੱਲਾਂ ਨੂੰ ਵੀ ਮੈਂ ਉਵੇਂ ਹੀ ਸਿਰ ਮੱਥੇ ਕਰਕੇ ਤੇ ਮੰਨਾਂਗਾ ਕਹਿੰਦੇ ਘਰ ਤੋਂ ਥੋੜੀ ਦੂਰੀ ਉਹਦੇ ਨਾਲ ਰੋਖ ਹੀ ਰੱਖ ਸਨ ਉਹਨੇ ਕਰੋਖ ਥੱਲੇ ਸਾਰੇ ਪੈਸੇ ਦੱਬਤੇ ਕੁਝ ਲੋੜ ਦੇ ਪੈਸੇ ਲੈ ਕੇ ਕਰੋ ਰਾਸ਼ਨ ਸਮਾਨ ਤਨ ਟਕਲ ਨਹੀਂ ਸੋਨੇ ਵਸਤਰ ਲੈ ਕੇ ਤੇ ਘਰ ਚੱਲਾਗੇ ਕਹਿੰਦੇ ਹੁਣ ਘਰ ਗਿਆ ਤੇ ਘਰ ਜਾ ਕੇ ਰਾਸ਼ਨ ਪਾਣੀ ਦਿੱਤਾ ਤੇ ਸਭ ਨੂੰ ਵਸਤਰ ਦਿੱਤੇ ਘਰ ਦੀ ਕਹਿੰਦੇ ਵੀ ਇਹ ਕਿੱਥੋਂ ਮਿਲੇ ਕਹਿੰਦੇ ਲੋਕਾਂ ਦੇ ਘਰ ਜਜ਼ਮਾਨੀ ਕਰਦਾ ਤੇ ਉਥੋਂ ਹੀ ਮਿਲੇ ਨੇ ਹੁਣ ਰੋਜ਼ ਉਥੋਂ ਕੁਝ ਮੋਰਾ ਲੈ ਆਉਂਦਾ ਉਹਨੇ ਹੌਲੀ ਹੌਲੀ ਘਰ ਦੀ ਮਰਮਮਤ ਕਰਾਣੀ ਆਰੰਭ ਕੀਤੀ ਹੌਲੀ ਹੌਲੀ ਆਪਣੇ ਘਰ ਦੇ ਵਿੱਚ ਸਾਰੇ ਸੁੱਖ ਸਹੂਲਤਾਂ ਲੈ ਕੇ ਆਇਆ ਕਹਿੰਦੇ ਜੋ ਵੀ ਆਸ-ਪਾਸ ਜ਼ਰੂਰਤਮੰਦ ਦੇਖਦਾ ਉਹਦੀ ਵੀ ਮਦਦ ਕਰਦਾ ਹੁਣ ਜਿਹਦੀ ਮਦਦ ਕਰਦਾ ਹੁਣ ਉਹ ਤਾਂ ਅਗਲੇ ਦਾ ਭਲਾ ਲੋਚਦਾ ਹੀ ਏ ਉਹਦੇ ਚਾਰ ਲੋਕਾਂ ਦੇ ਕੋਲ ਗੁਣ ਗੋਂਦਾ ਹੀ ਏ ਹੁਣ ਆਸ-ਪਾਸ ਦੇ ਸਾਰੇ ਲੋਕ ਕਹਿੰਦੇ ਪਹਿਲਾਂ ਇੱਕ ਟੁੱਟੀ ਛਾਂ ਸੀ ਘਰ ਸੋਨਾ ਬਣਾ ਲਿਆ ਸੋਨਾ ਖਾਂਦੇ ਪਾਉਂਦੇ ਨੇ ਹੋਰ ਤੇ ਹੋਰ ਪੰਡਤ ਜੀ ਹੁਣ ਲੋਕਾਂ ਦਾ ਭਲਾ ਵੀ ਕਰਦੇ ਨੇ ਇਹ ਸਾਰਾ ਕੁਝ ਕਿੱਥੋਂ ਵਾਪਰਿਆ ਘਰ ਦੇ ਨਾਲ ਇੱਕ ਗਮਾਂਦ ਸੀ ਕਿੰਦੇ ਉਹ ਜਿਹੜਾ ਪੰਡਤ ਸੀ ਨਾ ਉਹ ਲੋਕਾਂ ਦੇ ਵੱਡੇ ਵੱਡੇ ਸੇਠ ਉਹਨਾਂ ਦੇ ਕਾਰਜ ਜਮਾਨੇ ਕਰਨ ਜਾਂਦਾ ਸੀ ਪਰ ਉਹਦੇ ਪਹਿਲਾਂ ਠਾਠ ਬਾੜ ਸੋਹਣੇ ਸਨ ਪਰ ਹੁਣ ਇਸ ਪੰਡਤ ਦੇ ਸਾਹਮਣੇ ਉਹ ਠਾਠ ਬਾੜ ਕਾਸੀ ਦੇ ਨਹੀਂ ਸਨ ਰਹਿ ਗਏ ਉਹ ਸੋਚਦਾ ਆਪਣੀ ਪਤਨੀ ਨੂੰ ਕਹਿੰਦਾ ਇਹਨਾਂ ਦੇ ਘਰ ਜਾਈ ਤੇ ਪੁੱਛ ਕੇ ਆਈ ਵੀ ਇਹ ਸਾਰਾ ਕੁਝ ਕਿਵੇਂ ਵਾਪਰਿੰਦਾ ਉਹ ਕਹਿੰਦੀ ਜੀ ਠੀਕ ਹੈ ਹੌਲੀ ਹੌਲੀ ਉਸ ਦੀ ਵੱਡੇ ਪੰਡਤ ਦੀ ਪਤਨੀ ਉਹਦੇ ਘਰ ਆਉਣ ਲੱਗੀ ਆ ਕੇ ਹੌਲੀ ਹੌਲੀ ਉਹਦੇ ਨਾਲ ਬੈਠਣ ਲੱਗੀ ਉਹਨੂੰ ਕਹਿੰਦੀ ਭੈਣੇ ਪਹਿਲਾਂ ਤੇ ਤੁਹਾਡੇ ਹਾਲਾਤ ਬੜੇ ਮਾੜੇ ਸਨ ਹੁਣ ਇੱਕਦਮ ਇੰਨੇ ਚੰਗੇ ਕਿਵੇਂ ਹੋ ਗਏ ਹੁਣ ਤੁਹਾਡੇ ਘਰ ਇੰਨੇ ਸੁੱਖ ਸੁਵਿਧਾਵਾਂ ਕਿਵੇਂ ਆ ਗਈ ਉਹ ਕਹਿੰਦੀ ਭੈਣੇ ਮੈਨੂੰ ਤੇ ਪਤਾ ਨਹੀਂ ਰੋਜ਼ ਆਂਦੇ ਨੇ ਜਜਮਾਨੀ ਕਰਕੇ ਆਇਆ ਮ ਉਹ ਕਹਿੰਦੀ ਵੀ ਵੱਡੇ ਵੱਡੇ ਸੇਠ ਸ਼ਾਹੂਕਾਰ ਰਾਜੇ ਦੇ ਘਰ ਤੇ ਮੇਰੇ ਘਰ ਆ ਲ ਜਾਂਦੇ ਫਿਰ ਇਹ ਛੋਟੇ ਲੋਕਾਂ ਦੇ ਘਰ ਜਾ ਕੇ ਇਹਨਾਂ ਕੁਝ ਕਿਵੇਂ ਲਾਇਆ ਉਹ ਕਹਿੰਦੀ ਭੈਣੇ ਇਹ ਤਾਂ ਮੈਂ ਵੀ ਨਹੀਂ ਪੁੱਛਿਆ ਪਰ ਅੱਜ ਜਦੋਂ ਆਉਣਗੇ ਮੈਂ ਜ਼ਰੂਰ ਪੁੱਛਾਂਗੀ ਉਨੇ ਕਿਹਾ ਠੀਕ ਹੈ ਸ਼ਾਮ ਨੂੰ ਜਦੋਂ ਪਤੀ ਆਇਆ ਤੇ ਉਹਨੇ ਕਿਹਾ ਜੀ ਤੁਸੀਂ ਰੋਜ਼ ਇੰਨੀ ਜਜ਼ਮਾਨੀ ਕਿੱਥੋਂ ਲੈ ਆਉਂਦੇ ਹੋ ਉਹਨੇ ਕਿਹਾ ਭਗਵਾਨ ਨੇ ਦੱਸਿਆ ਤ ਹੈ ਲੋਕਾਂ ਦੇ ਘਰ ਜਾਣਾ ਉਹਨੇ ਕਿਹਾ ਨਹੀਂ ਤੂੰ ਮੈਨੂੰ ਸੱਚ ਗੱਲ ਦੱਸ ਵੀ ਕਿੱਥੇ ਜਾਂਦੇ ਹੋ ਉਹਨਾਂ ਦੀ ਪਤਨੀ ਰੋਜ਼ ਉਹਨੂੰ ਇਹ ਸਵਾਲ ਕਰਦੀ ਔਰ ਅੱਗੋਂ ਰੋਜ਼ ਹੀ ਕਹਿ ਦਿੰਦਾ ਵੀ ਲੋਕਾਂ ਦੇ ਘਰ ਜਾਣਾ ਜਦੋਂ ਦੀ ਪਤਨੀ ਬੜੀ ਜਿਆਦਾ ਜਿੱਦ ਕਰਨ ਲੱਗੀ ਨਾ ਤੇ ਆਪਣੀ ਪਤਨੀ ਨੂੰ ਕਹਿੰਦਾ ਚਲ ਤੈਨੂੰ ਦੱਸ ਦੇ ਨਾ ਪਰ ਤੂੰ ਕਿਸੇ ਨੂੰ ਨਾ ਦੱਸੀ ਕਹਿੰਦਾ ਜੀ ਠੀਕ ਹੈ ਕਿੰਨੇ ਤੈਨੂੰ ਪਤਾ ਹੈ ਉਹ ਜਿਹੜਾ ਦਰਿਆ ਸੀ ਉਸ ਦਿਨ ਮੈਂ ਤੂੰ ਮੇਰੇ ਨਾਲ ਬੜਾ ਜਿਆਦਾ ਲੜੀ ਮੈਂ ਉਦਾਸ ਹੋ ਗਿਆ ਮੈਂ ਦਰਿਆ 'ਚ ਛਾਲ ਮਾਰਨ ਚੱਲਾਂ ਜਿਵੇਂ ਉਹ ਸੱਚ ਦੱਸਣ ਲੱਗਾ ਸੰਤ ਫਕੀਰ ਜੀ ਦੀ ਗੱਲ ਯਾਦ ਆ ਗਈ ਕਿ ਪਤਨੀ ਨੂੰ ਹਮੇਸ਼ਾ ਸੱਚਨਾ ਦਸੀ ਕੁਝ ਰਾਜ ਆਪਣੇ ਤੱਕ ਰੱਖੀ ਕਹਿਣ ਲੱਗਾ ਫਿਰ ਕੀ ਹੋਇਆ ਮੈਨੂੰ ਉਸ ਦਿਨ ਜੱਜਮਾਨੀ 'ਚ ਦਾਲ ਮਿਲੀ ਸੀ ਕਿੰਨੇ 2 ਕਿਲੋ ਦੇ ਲਗਭਗ ਦਾਲ ਹੋਵੇਗੀ ਉਹ ਦਾਲ ਉਬਾਲੀ ਉੱਥੇ ਮੈਂ ਖਾਧੀ ਤੇ ਮੈਨੂੰ ਬੜੇ ਸਾਰੇ ਉਥੇ ਹੀਰੇ ਜਵਾਹਰਾ ਤੇ ਰਤਨ ਮਿਲ ਗਏ ਤੇ ਬਸ ਉਹ ਦਰਿਆ ਦੇ ਕੰਢੇ ਜਾਣਾ ਦਾਲ ਉਬਾਲ ਖਾਣਾ ਵਾ ਤੇ ਉਥੋਂ ਮੈ ਰਤਨ ਲੈ ਕੇ ਤੇ ਆ ਜਾਣਾ ਪਤਨੀ ਨੇ ਵੀ ਗੱਲ ਮੰਨ ਲਈ ਤੇ ਹੁਣ ਉਹ ਪੰਡਤਾਂ ਵੀ ਇਸ ਗੱਲ ਤੋਂ ਖਹਿੜਾ ਛੁੱਟ ਗਿਆ ਅਗਲਾ ਦਿਨ ਹੋਇਆ ਤੇ ਉਹ ਫੇਰ ਆ ਗਈ ਕਿੰਦੀ ਭੈਣੇ ਦੱਸ ਵੀ ਪੁੱਛਿਆ ਤੂੰ ਕਿਵੇਂ ਐਵੇਂ ਸਾਰਾ ਕੁਝ ਮਿਲਿਆ ਉਹ ਕਿੰਦੀ ਭੈਣੇ ਉਹ ਤਾਂ ਛੋਟੀ ਜੀ ਗੱਲ ਆ ਦਰਿਆ ਨਹੀਂ ਆਪਣੇ ਪਿੰਡ ਦਾ ਉੱਥੇ ਜਾਂਦੇ ਨੇ ਉਹਨਾਂ ਨੂੰ ਜਜਮਾਨੀ ਚ ਨਾ ਦਾਲ ਮਿਲੀ ਸੀ 2 ਕਿਲੋ ਦਾਲ ਉਬਾਲੀ ਉਹਨਾਂ ਖਾਧੀ ਤੇ ਬਸ ਖਾ ਕੇ ਤੇ ਉਹਨਾਂ ਨੂੰ ਹੀਰੇ ਜਵਾਰਾ ਤੋਂ ਉਥੋਂ ਲੱਭ ਗਏ ਕਹਿੰਦੀ ਠੀਕ ਹੈ ਉਹ ਪੁੱਠੇ ਪੈਰੀ ਘਰ ਵਾਪਸ ਚਲੇਗੀ ਉਹਨੇ 2 ਕਿਲੋ ਦਾਲ ਜਿਹੜੀ ਸੀ ਉਬਾਲ ਕੇ ਤੇ ਆਪਣੇ ਘਰ ਵਾਲ ਨੇ ਇੱਕ ਵੱਡੇ ਸਾਰੇ ਭਾਂਡੇ ਚ ਪਾ ਕੇ ਤੇ ਦੇਤੀ ਕਹਿੰਦੀ ਸਾਰੀ ਦਾਲ ਖਾ ਕੇ ਤੇ ਉਥੋਂ ਹੀਰੇ ਜਵਾਰਾ ਤੋ ਮਿਲਣਗੇ ਤੇ ਘਰ ਲੈ ਕੇ ਆਈ ਉਹਨੇ ਕਿਹਾ ਠੀਕ ਹੈ ਉਹ ਵਿਚਾਰਾ ਸਵੇਰੇ ਚਲਾ ਗਿਆ ਹੁਣ 2 ਕਿਲੋ ਦਾਲ ਉਬਾਲ ਕੇ ਤੇ ਐਨੀ ਚੋਖੀ ਹੋ ਗਈ ਸੀ ਉਹਨੇ ਜਦੋਂ ਖਾਧੀ ਤੇ ਕਹਿੰਦੇ ਸ਼ਾਮ ਹੋ ਗਈ ਉਹ ਘਰ ਵਾਪਸ ਨਾ ਆਇਆ ਹੁਣ ਉੱਥੇ ਉਹਦਾ ਪਤਾ ਲੈਣਗੀ ਪਰ ਉੱਥੇ ਉਹਦੀ ਜਾਨ ਨਿਕਲ ਚੁੱਕੀ ਸੀ ਬੜਾ ਰੋਈ ਕਲਪੀ ਹੁਣ ਉਹਨੇ ਲਾਲਚ ਕੀਤਾ ਸੀ ਜੋ ਕੋਲ ਹੈ ਸੀ ਉਹ ਵੀ ਉਹਦਾ ਖੋਸ ਗਿਆ ਸੀ ਕਹਿੰਦੇ ਹੁਣ ਨਾ ਉਹ ਜੜੀ ਭੱਜੀ ਭੱਜੀ ਕਰ ਗਈ ਕਹਿੰਦੀ ਵੀ ਤੂੰ ਤਾਂ ਮੈਨੂੰ ਲਾਲਚ ਦੇ ਕੇ ਬਿੱਤੂ ਤਾਂ ਮੈਨੂੰ ਸੋਕ ਹੀ ਦੇਣਾ ਸੀ ਤੂੰ ਤੇ ਮੇਰਾ ਘਰ ਵਾਲਾ ਵੀ ਮੇਰੇ ਜਿਹੜਾ ਹੱਥ ਚੋਂ ਉਹ ਵੀ ਚਲਾ ਗਿਆ ਉਹਨੇ ਕਿਹਾ ਵੀ ਤੂੰ ਕਿਹਾ ਸੀ ਦਾਲ ਉਬਾਲ ਕੇ ਖਾਈਂ ਦਾਲ ਉਬਾਲ ਕੇ ਉਹਨੇ ਖਾਦੀ ਤੇ ਉਹਦੀ ਜਾਨ ਚਲੇਗੀ ਮੇਰੇ ਘਰ ਵਾਲੇ ਜਾਨ ਤੇਰੇ ਕਰਕੇ ਗਈਏ ਤੁਸੀਂ ਮੇਰੇ ਕਸੂਰ ਵਾਰੋ ਮੈਂ ਰਾਜੇ ਕੋਲ ਨਿਆ ਲੇ ਜਾਊਂਗੀ ਉਹ ਰਾਜੇ ਦੇ ਕੋਲ ਚਲੇਗੀ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸੀ ਵੀ ਰਾਜਾ ਇਹਨਾਂ ਨੇ ਮੈਨੂੰ ਕਿਹਾ ਵੀ ਆਪਣੇ ਪਤੀ ਨੂੰ 2 ਕਿਲੋ ਦਾਲ ਉਬਾਲ ਕੇ ਖਵਾਈ ਉਦੇ ਨਾਲ ਤੈਨੂੰ ਹੀਰੇ ਜਵਾਰਾ دریا ਦੇ ਕੰਡੇ ਮਿਲਣਗੇ ਮੇਰਾ ਘਰ ala چلا ਗਿਆ ਪਰ 2 ਕਿਲੋ ਦਾਲ ਦੇ ਨਾਲ ਉਹਦੇ ਅਕਾਲ ਚਲਾਨੇ ਹੋਗੇ ਹੁਣ ਰਾਜੇ ਨੇ ਕਿਹਾ ਵੀ ਉਹ ਪਤੀ ਪਤਨੀ ਨੂੰ ਬੁਲਾ ਕੇ ਲੈ ਕੇ ਆਇਆ ਜਾਵੇ ਰਾਜੇ ਦੇ ਕੋਲੋਂ ਪਤੀ ਪਤਨੀ ਆਈ ਉਹਨਾਂ ਦੀ ਪਤਨੀ ਨੂੰ ਪੁੱਛਿਆ ਗਿਆ ਵੀ ਤੂੰ ਐਵੇਂ ਕਿਆ ਸੀ ਉਹਨੇ ਕਿਹਾ ਜੀ ਇੰਨੇ ਪੁੱਛਿਆ ਤੇ ਮੈਂ ਦੱਸ ਦਿੱਤਾ ਪਰ ਮੈਂ ਇਹ ਨਹੀਂ ਸੀ ਕਿਆ ਵੀ ਇਹ ਖਾਲ ਹੈ ਉਹਨੇ ਕਿਹਾ 2 ਕਿਲੋ ਦਾਲ ਜੇਕਰ ਖਾਂਦੇ ਨੇ ਤਾਂ ਪੇਟ ਖਰਾਬ ਤਾਂ ਹੋਣਾ ਹੀ ਸੀ ਰਾਜੀ ਨੇ ਉਸ ਨੂੰ ਪੁੱਛਿਆ ਵੀ ਤੂੰ ਦੱਸ ਵੀ ਤੇਰੇ ਕੋਲ ਇਹ ਸੰਪਤੀ ਕਿਵੇਂ ਆਈ ਤੂੰ ਇਹਨੂੰ ਕਿਉਂ ਦਾਲਦਾ ਜਿਹੜਾ ਕਾਰਨ ਹੈ ਉਹ ਦੱਸਿਆ ਹੁਣ ਉਹਨੂੰ ਜਿਹੜਾ ਸੀ ਸੰਤ ਜੀ ਦੀ ਤੀਸਰੀ ਗੱਲ ਯਾਦ ਆ ਗਈ ਸੰਤ ਜੀ ਨੇ ਗੱਲ ਕਹੀ ਸੀ ਵੀ ਜਦੋਂ ਤੇਰੇ ਤੋਂ ਉਹ ਚੌਦੇ ਵਾਲਾ ਕੋਈ ਗੱਲ ਪੁੱਛੇ ਤਾਂ ਹਮੇਸ਼ਾ ਸੱਚ ਰਹੀਂ ਉਹਨੇ ਕਿਹਾ ਰਾਜਨ ਇੱਕ ਦਿਨ ਮੈਂ ਦਰਿਆ ਦੇ ਕੰਢੇ ਗਿਆ ਸੀ ਛਾਲ ਮਾਰਨ ਲਈ ਕਿਉਂਕਿ ਮੈਂ ਘਰ ਦੇ ਹਾਲਾਤਾਂ ਤੋਂ ਬੜਾ ਤੰਗ ਹੋ ਗਿਆ ਸੀ ਉੱਥੇ ਇੱਕ ਸੰਤ ਫਕੀਰ ਮਿਲੇ ਸੀ ਉਹਨਾਂ ਨੇ ਕਿਹਾ ਸੀ ਵੀ 10 ਲੋਕਾਂ ਦੀ ਗੱਲ ਹਮੇਸ਼ਾ ਮੰਨੀ। ਕਹਿੰਦੇ ਥੋੜੀ ਦੂਰੀ ਤੇ ਇੱਕ ਬਜ਼ੁਰਗ ਬਾਬਾ ਕਹਿੰਦੇ ਅਕਾਲ ਚਲਾਣੇ ਕਰ ਗਿਆ ਸੀ। ਉਹਦੇ ਸੰਸਕਾਰ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਸੀ। ਲੋਕਾਂ ਨੇ ਇੱਕ ਇੱਕ ਪੈਸਾ, ਦੋ ਦੋ ਪੈਸਾ ਆਪਣੀ ਸ਼ਰਧਾ ਨਾਲ ਮੈਨੂੰ ਦਿੱਤਾ। ਮੈਂ ਲੱਕਣਾ ਇਕੱਠੀਆਂ ਕਰਕੇ ਤੇ ਉਸ ਨੂੰ ਜਿਵੇਂ ਇਸ਼ਨਾਨ ਕਰਾ ਕੇ ਤੇ ਕਹਿੰਦੇ ਸੰਸਕਾਰ ਕਰਨ ਲੱਗਾ। ਉਹਦੀ ਜਿਹੜੀ ਤੋਤੀ ਸੀ ਕਹਿੰਦੇ ਉਹ ਚ ਮੈਨੂੰ ਬੜੇ ਸਾਰੀਆਂ ਮੋਹਰਾਂ ਤੇ ਹੀਰੇ ਜਵਾਹਰਾਤ ਲੱਬੇ ਸ। ਹੁਣ ਕਹਿੰਦੇ ਉਹਦਾ ਕੋਈ ਵਾਰੀ ਵਾਰਸ ਹੈ ਨਹੀਂ ਸੀ। ਇਸ ਲਈ ਮੈਂ ਸੋਚਿਆ ਵੀ ਪ੍ਰਮਾਤਮਾ ਨੇ ਮੈਨੂੰ ਦਿੱਤੇ ਨੇ ਉਹਦੇ ਨਾਲ ਮੇਰੇ ਘਰ ਦਾ ਗੁਜ਼ਰਬਸਰ ਸੋਨਾ ਹੋਣ ਲੱਗਾ ਕਿੰਦੇ ਫਿਰ ਮੇਰੀ ਪਤਨੀ ਨੇ ਮੇਰ ਤੋਂ ਜਿੱਦ ਕੀਤੀ ਵੀ ਸਾਰਾ ਕੁਝ ਕਿੱਥੋਂ ਆਇਆ ਸੰਤ ਫਕੀਰ ਜੀ ਨੇ ਦੂਜੀ ਗੱਲ ਦੱਸੀ ਸੀ ਵੀ ਕੁਝ ਰਾਜ਼ ਆਪਣੇ ਤੱਕ ਹੀ ਰੱਖੀ ਮੈਂ ਇਹਨੂੰ ਉਵੇਂ ਬੇਕਾਬੇਲੀ ਕਹਿ ਦਿੱਤਾ ਵੀ ਮੈਂ 2 ਕਿਲੋ ਦਾਲ ਉਬਾਲ ਕੇ ਖਾਧੀ ਤੁਸੀਂ ਆਪ ਸੋਚੋ 2 ਕਿਲੋ ਦਾਲ ਉਬਾਲ ਕੇ ਖਾਣ ਨਾਲ ਪੇਟ ਖਰਾਬ ਹੋਣਾ ਹੀ ਹੋਣਾ ਇਹਨੇ ਆਪਣੇ ਘਰ ਵਾਲੇ ਨੂੰ ਉਹ ਗੱਲ ਦੱਸੀ ਹੈ ਤੇ ਜਿਸ ਦੇ ਨਾਲ ਹੁਣ ਇਹਦਾ ਜਿਹੜਾ ਅਕਾਲ ਚਲਾਨੇ ਨੇ ਕੀਤਾ ਉਹ ਇਹਦੇ ਕਰਕੇ ਕੀਤਾ ਇਹਦੇ ਅੱਖਾਂ ਤੇ ਲਾਲਚ ਦੀ ਪੱਟੀ ਬੰਨੀ ਸੀ ਇਹਦਾ ਘਰ ਵਾਲਾ ਇਹਦੇ ਕਰਕੇ ਹੀ ਅਕਾਲ ਚਲਾਨੇ ਕੀਤਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜੇ ਨੇ ਉਲਟਾ ਉਹਦੇ ਘਰ ਵਾਲੀ ਨੂੰ ਸਜ਼ਾ ਦੇ ਦਿੱਤੀ ਰਾਜੇ ਨੇ ਕਿਹਾ ਕਿ ਲਾਲਚ ਤੇਰੀ ਅੱਖਾਂ 'ਚ ਸੀ ਤੂੰ ਆਪਣਾ ਪਤੀ ਆਪਣੇ ਹੱਥੀਂ ਆਪ ਅਕਾਲ ਚਲਾਨੇ ਦੇ ਨੇੜੇ ਪਹੁੰਚਾਇਆ ਜਦੋਂ ਇਹ ਗੱਲ ਸੁਣੀ ਤਾਂ ਹੁਣ ਉਹ ਉਲਟਾ ਰੋਣ ਲੱਗੀ ਕਿ ਇਹ ਮੈਂ ਕੀ ਕਰ ਬੈਠੀ ਇਕ ਤਾਂ ਆਪਣਾ ਪਤੀ ਜਿਹੜਾ ਸੀ ਉਹ ਵੀ ਵਿਚਾਰਾ ਕਾਲਚਲਾ ਨੇ ਕਰ ਗਿਆ ਤੇ ਉਲਟਾ ਮੈਂ ਇਸ ਜੇਲ੍ਹ ਚ ਬਹਿ ਕੇ ਤੇ ਚੱਕੀ ਚਲਾਉਂਦੀ ਹੁਣ ਉਹ ਖੁਸ਼ੀ-ਖੁਸ਼ੀ ਘਰ ਚਲਾ ਗਿਆ ਉਸ ਸੰਤ ਫਕੀਰ ਦੀਆਂ ਤਿੰਨ ਗੱਲਾਂ ਮੰਨ ਕੇ ਉਹਦੀ ਜ਼ਿੰਦਗੀ ਸਵਰਗ ਬਣ ਗਈ ਸੀ ਇਸ ਲਈ ਕਿਹਾ ਜਾਂਦਾ ਵੀ ਵੱਡੇ-ਵੱਡੇਰੇ ਸੰਤ ਫਕੀਰਾਂ ਦੀਆਂ ਗੱਲਾਂ ਨੂੰ ਹਮੇਸ਼ਾ ਜੁਸੀ ਜਿਹੜਾ ਉਹ ਸੁਣੋ ਤੇ ਮੰਨੋ ਵੀ ਕਿਉਂਕਿ ਉਹਨਾਂ ਦੀਆਂ ਗੱਲਾਂ ਹਮੇਸ਼ਾ ਆਪਣੇ ਘਰ ਸੁੱਖ ਲੈ ਆਉਂਦੀਆਂ ਨੇ ਤੇ ਇਸ ਕਹਾਣੀ ਤੋਂ ਇਸ ਕਥਾ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਕਿ ਕਦੇ ਝੂਠ ਨਾ ਬੋਲੋ ਹਮੇਸ਼ਾ ਸੱਚ ਬੋਲੋ ਸੱਚ ਹਮੇਸ਼ਾ ਤੁਹਾਨੂੰ ਅੱਗੇ ਲੈ ਕੇ ਜਾਏਗਾ ਇੱਕ ਝੂਠ ਬੋਲੋਗੇ ਉਸ ਝੂਠ ਨੂੰ ਛੁਪਾਉਣ ਲਈ ਸੋ ਹੋਰ ਝੂਠ ਬੋਲਨੇ ਪੈਣਗੇ ਮਿਹਨਤ ਕਰਕੇ ਅੱਗੇ ਵਧਦੇ ਜਾਓ ਨਿਰਾਸ਼ਾ ਕਿਸੇ ਚੀਜ਼ ਦਾ ਹੱਲ ਨਹੀਂ ਜੋ ਉਦਾਸ ਹੋ ਕੇ ਬੈਠੇ ਰਹਿੰਦੇ ਨੇ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਥੋੜਾ ਜਿਹਾ ਉਦਦਮ ਕਰੋ ਸੱਚ ਦਾ ਪੱਲਾ ਫੜੋ ਨਿਰਾਸ਼ਾ ਨੂੰ ਤਿਆਗੋ ਅੱਗੇ ਵਧਦੇ ਜਾਓ ਜ਼ਿੰਦਗੀ 'ਚ ਬਹੁਤ ਸਾਰੇ ਮੌਕੇ ਨੇ ਜੋ ਤੁਹਾਨੂੰ ਅੱਗੇ ਵਧਾ ਦੇਣਗੇ ਤੁਹਾਡੇ ਵੱਲੋਂ ਕਿਤੇ ਕਈ ਐਸੇ ਕੰਮ ਹੁੰਦੇ ਨੇ ਜਿਨ੍ਹਾਂ ਦਾ ਪੁੰਨ ਤੁਹਾਨੂੰ ਮਿਲਣਾ ਹੀ ਮਿਲਣਾ ਹੁੰਦਾ ਤੇ ਉਹ ਪੁੰਨ ਤੁਹਾਡੀ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਕਰ ਦਿੰਦਾ ਫਿਰ ਇਸ ਕਹਾਣੀ ਤੋਂ ਜੋ ਵੀ ਆਪਾਂ ਨੂੰ ਸਿੱਖਣ ਨੂੰ ਮਿਲਿਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਤੇ ਜਿਸ ਦਾ ਤੁਸੀਂ ਭਲਾ ਚਾਹੁੰਦੇ ਉਹ ਦਿਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ